ਵੈਲਕਮ ਹੈ ਇਸ ਨਵੀਂ ਵੀਡੀਓ 'ਤੇ ਪਤਨ ਦੇ ਪੰਜਾਬੀ ਔਨਲਾਈਨ ਸਕੂਲ ਦੇ ਚੈਨਲ 'ਤੇ। ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪ੍ਰੈਜੀਡੈਂਸਾਂ ਦੇ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈਗੀ, ਉਹਨੂੰ ਕਾਫੀ ਡਿਫਰੈਂਟ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ, ਅਤੇ ਕਾਫੀ ਸਟੂਡੈਂਟਸ ਨੂੰ ਜਦੋਂ ਕਾਫੀ ਕੁਇਜ਼ ਕਰ ਲੈਂਦੇ ਹੈਗੇ, ਉਹਨਾਂ ਨੂੰ ਥੋੜ੍ਹੀ ਬਹੁਤੀ ਜਿੱਦਾਂ ਕੰਫਿਊਜ਼ਨ ਹੋ ਜਾਂਦੀ ਹੈ। ਕਈ ਜਗ੍ਹਾ 'ਤੇ ਕੁਇਜ਼ ਦੇ ਵਿੱਚ ਲਿਖਿਆ ਮਿਲਦਾ ਹੈਗਾ ਦਾਰੇ ਲਾ ਪ੍ਰੈਜੀਡੈਂਸਾਂ, ਕਿਤੇ ਲਿਖਿਆ ਮਿਲਦਾ ਅਭਿਆਮੋ ਲਾ ਪ੍ਰੈਜੀਡੈਂਸਾਂ ਜਾਂ ਦੀ ਰੀਤੋ ਦੀ ਪ੍ਰੈਜੀਡੈਂਸ। ਸੋ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਹੀ ਟੋਪਿਕ 'ਤੇ ਗੱਲ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਇੰਟਰਸਟਿੰਗ ਲੱਗੀ ਹੈਗੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਔਰ ਬਣਾਉਂਦੇ ਰਹੀਏ, ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ, ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ, ਇੰਸਟਾਗ੍ਰਾਮ ਨੂੰ, ਔਰ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਸਕਦੇ ਹਾਂ। ਸੋ ਅੱਗੇ ਚੱਲਦੇ ਹਾਂ ਵੀਡੀਓ ਦੇ ਡੀਟੇਲ ਦੇ ਵਿੱਚ, ਦੇਖਦੇ ਹਾਂ। ਸੋ ਜਿਹੜੀ ਪਹਿਲੀ ਚੀਜ਼ ਦੇ ਬਾਰੇ ਅਸੀਂ ਗੱਲ ਕਰਾਂਗੇ ਉਹ ਹੈਗਾ ਹੈ ਦਾਰੇ ਲਾ ਪ੍ਰੈਜੀਡੈਂਸਾ। ਸੋ ਦਾਰੇ ਲਾ ਪ੍ਰੈਜੀਡੈਂਸਾ ਮਤਲਬ ਕਿਸੇ ਨੂੰ ਪਹਿਲ ਦੇਣਾ, ਸੋ ਰਾਈਟ ਦੇਣਾ ਲੰਘਣ ਵਾਸਤੇ। ਸਭ ਤੋਂ ਪਹਿਲਾਂ ਜਿਹੜੀ ਨਾਮ ਇਹ ਦਿਖਦਾ ਹੈਗਾ ਜਦੋਂ ਅਸੀਂ ਸਾਈਨ ਪੜ੍ਹਦੇ ਹੈਗੇ ਹਾਂ, ਅਤੇ ਜਿਹੜਾ ਪਹਿਲਾ ਸਾਈਨ ਤੁਸੀਂ ਦੇਖ ਸਕਦੇ ਹੈਗੇ ਹਾਂ ਆਹ ਫੋਟੋ ਦੇ ਵਿੱਚ, ਤਾਂ ਇਹਦਾ ਨਾਮ ਵੀ ਦਾਰੇ ਲਾ ਪ੍ਰੈਜੀਡੈਂਸਾ ਹੈ। ਸੋ ਇਸ ਸਾਈਨ ਦੇ ਮੁਤਾਬਿਕ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਰੋਡ 'ਤੇ ਜਾ ਰਹੇ, ਜਿਹੜਾ ਛੋਟਾ ਰੋਡ ਹੈ ਉੱਥੇ ਸਾਨੂੰ ਇਹ ਸਾਈਨ ਮਿਲਦਾ, ਸਾਨੂੰ ਆਪਣੀ ਕਾਰ ਨੂੰ ਹੌਲੀ ਕਰਨਾ ਪੈਣਾ, ਔਰ ਜੇਕਰ ਕੋਈ ਕਾਰ ਆ ਰਹੀ ਹੈ ਸਾਡੇ ਦਾ ਇਸ ਤਰ੍ਹਾਂ ਹੀ ਅਸੀਂ ਨਹੀਂ ਇਸ ਤਰ੍ਹਾਂ ਤੋਂ ਸਾਨੂੰ ਰੁਕਣਾ ਪੈਣਾ ਹੈ ਔਰ ਉਹਨਾਂ ਨੂੰ ਪ੍ਰੈਜੀਡੈਂਸਾ ਦੇਣਾ ਪੈਣਾ। ਸੋ ਲੰਘਣ ਦੇਣਾ ਹੈਗਾ ਹੈ ਦੋਨੋਂ ਹੀ ਸਾਈਡ ਤੋਂ, ਕਹਿੰਦੀ ਸੀ ਨਹੀਂ ਇਸ ਤਰ੍ਹਾਂ ਤੋਂ ਵੀ ਔਰ ਇਸ ਤਰ੍ਹਾਂ ਤੋਂ ਵੀ। ਇਸ ਸਾਈਨ ਦੇ ਮੁਤਾਬਿਕ ਰੁਕਣਾ ਕੰਪਲਸਰੀ ਨਹੀਂ ਹੈ, ਸੋ ਤੁਸੀਂ ਓਬਲੀਗੋ ਦੀ ਫਰਮਾਰਸੀ ਨਹੀਂ ਹੈ, ਪਰ ਰਲ ਲੈਣ ਤਾਰੇ ਹੈ। ਸੋ ਅਸੀਂ ਉਦੋਂ ਹੀ ਰੁਕਣਾ ਜਦੋਂ ਸਾਨੂੰ ਜ਼ਰੂਰਤ ਪੈ ਰਹੀ ਹੈ। ਸੋ ਜਿਹੜਾ ਪਹਿਲਾਂ ਅਸੀਂ ਇਹ ਨਾਮ ਦੇਖਦੇ ਹੈਗੇ ਦਾਰੇ ਲਾ ਪ੍ਰੈਜੀਡੈਂਸਾ, ਇਹ ਐਕਚੁਅਲ ਦੇ ਵਿੱਚ ਸਾਈਨ ਦਾ ਵੀ ਨਾਮ ਹੈ। ਕਾਫੀ ਸਟੂਡੈਂਟਸ ਸਾਈਨ ਦੇ ਜਿਹੜੇ ਨਾਮ ਹੈ ਉਹ ਯਾਦ ਨਹੀਂ ਕਰਦੇ ਹੈਗੇ। ਸੋ ਜੇਕਰ ਤੁਹਾਨੂੰ ਕਿਸੇ ਵੀ ਕੁਇਜ਼ ਦੇ ਵਿੱਚ ਜਿਹੜਾ ਨਾਮ ਹੈ ਕੈਪੀਟਲ ਲੈਟਰ ਦੇ ਵਿੱਚ ਲਿਖਿਆ ਮਿਲਦਾ, ਜਿੱਦਾਂ ਤੁਸੀਂ ਇੱਥੇ ਦੇਖ ਸਕਦੇ ਹਾਂ ਦਾਰੇ ਪ੍ਰੈਜੀਡੈਂਸਾ, ਸਮਝ ਲੈਣਾ ਕਿ ਉਦੋਂ ਇੱਥੇ ਸਾਈਨ ਦੀ ਗੱਲ ਕੀਤੀ ਜਾਂਦੀ ਹੈਗੀ ਹੈ। ਸੋ ਖਾਸ ਕਰਕੇ ਜਦੋਂ ਪ੍ਰਿਆ ਵੀਜ਼ੋ ਦੀ ਦਾਰੇ ਪ੍ਰੈਜੀਡੈਂਸਾ ਇਸ ਤਰ੍ਹਾਂ ਦੇ ਕੁਇਜ਼ ਆਉਂਦੇ ਹੈਗੇ ਆ, ਸਟੂਡੈਂਟਸ ਉੱਥੇ ਸੋਚਦੇ ਹੀ ਨਹੀਂ ਹੈਗੇ ਕਿ ਐਕਚੁਅਲ ਦੇ ਵਿੱਚ ਇੱਥੇ ਸਾਈਨ ਦੀ ਗੱਲ ਕੀਤੀ ਜਾਂਦੀ ਹੈਗੀ ਆ, ਇਹ ਕੋਈ ਕੁਐਸਚਨ ਨਹੀਂ ਹੈ। ਸੋ ਧਿਆਨ ਦੇਣਾ ਇਹਨਾਂ ਚੀਜ਼ਾਂ 'ਤੇ। ਜਿਹੜੀ ਦੂਸਰੀ ਚੀਜ਼ ਹੈ ਜਿੱਥੇ ਅਸੀਂ ਕੰਮ ਕਰਨਾ ਹੈਗਾ ਇਸ ਗੱਲ ਦੇ ਮੁਤਾਬਿਕ ਕਿ ਇੱਥੇ ਸਾਨੂੰ ਪ੍ਰੈਜੀਡੈਂਸਾਂ ਦੇਣਾ ਪੈਣਾ। ਸੋ ਸਾਡੀ ਵਾਰੀ ਆ ਰੁਕਣ ਦੀ, ਸਾਨੂੰ ਲੰਘਣ ਦੇਣਾ ਹੈ ਜਿਹੜੇ ਔਰ ਕੋਈ ਵੀ ਵਹੀਕਲ ਹੀ ਆ ਰਹੇ ਹੈ, ਜਾਂ ਜੇ ਅਸੀਂ ਅਤਰਾਵੇਰ ਸਮੇਂ ਤੋਂ ਪੇਦਨਾਲੀ 'ਤੇ ਆ, ਉੱਥੇ ਜਿਹੜੇ ਪਿਦੋਨੀ ਲੰਘ ਰਹੇ ਆ ਉਹਨਾਂ ਨੂੰ ਪ੍ਰੈਜੀਡੈਂਸਾਂ ਦੇਣਾ, ਕੋਈ ਨਹੀਂ ਦੁਬਿਆਮ ਦਾਰ ਲਾ ਪ੍ਰੈਜੀਡੈਂਸਾਂ, ਜਾਂ ਜੇਕਰ ਉੱਥੇ ਕੋਈ ਸਾਈਕਲਸ ਵਾਸਤੇ ਸਾਈਕਲ ਵਾਲੀ ਰੋਡ ਹੈ ਉਹ ਕ੍ਰੋਸ ਕਰ ਰਹੇ ਤਾਂ ਉਹਨਾਂ ਨੂੰ ਵੀ ਪ੍ਰੈਜੀਡੈਂਸਾਂ ਦੇਣਾ ਹੈਗਾ। ਸੋ ਪ੍ਰੈਜੀਡੈਂਸਾਂ ਸਿਰਫ ਔਰ ਸਿਰਫ ਕਾਰਾਂ ਨੂੰ ਵੀ ਨਹੀਂ ਦਿੱਤਾ ਜਾਂਦਾ ਹੈਗਾ, ਬਲਕਿ ਜਿਹੜੇ ਪਿਦੋਨੀ ਹੈ ਚਿਕਲੀਸਤੀ ਹੈ ਉਹਨਾਂ ਨੂੰ ਵੀ ਦੇਣਾ ਪੈਂਦਾ ਹੈ। ਔਰ ਦੂਸਰੀ ਚੀਜ਼ ਇਹ ਕਿ ਜੇਕਰ ਕੋਈ ਐਮਰਜੈਂਸੀ ਵਹੀਕਲ ਜਾ ਰਿਹਾ, ਸੋ ਕੋਈ ਪੁਲਿਸ ਦੀ ਕਾਰ ਐਂਬੂਲੈਂਸ ਦੀ ਕਾਰ ਜਾ ਰਹੀ ਹੈਗੀ ਆ, ਉਹਨਾਂ ਨੂੰ ਵੀ ਪ੍ਰੈਜੀਡੈਂਸਾਂ ਦੇਣਾ ਜ਼ਰੂਰੀ ਹੈ। ਦੂਸਰੀ ਜਿਹੜਾ ਪਰੋਲਾ ਹੈ ਜਿਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਦਾਰੇ ਲਾ ਪ੍ਰੈਜੀਡੈਂਸਾ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਜਦੋਂ ਲਿਖਿਆ ਹੁੰਦਾ ਦੁਬਿਆਮੋ ਦਾਰੇ ਲਾ ਪ੍ਰੈਜੀਡੈਂਸਾ। ਸੋ ਦੁਬਿਆਮੋ ਦਾਰੇ ਲਾ ਪ੍ਰੈਜੀਡੈਂਸਾ ਇਹਦਾ ਮਤਲਬ ਹੈ ਦੇਣੀ ਪੈਣੀ ਹੈ ਪਹਿਲ। ਓਕੇ, ਸੋ ਇੱਥੇ ਵੀ ਜ਼ਰੂਰੀ ਰੁਕਣਾ ਨਹੀਂ ਹੈ, ਪਰ ਜੇਕਰ ਜ਼ਰੂਰਤ ਪੈ ਰਹੀ ਉੱਥੇ ਰੁਕਣਾ ਪੈਣਾ ਹੈ। ਸੋ ਸਾਡੀ ਵਾਰੀ ਹੈ ਪਹਿਲ ਦੇਣ ਦੀ। ਸੋ ਦਾਰੇ ਲਾ ਪ੍ਰੈਜੀਡੈਂਸਾ ਦਾ ਦੂਸਰਾ ਅੱਖਰ ਕੀ ਹੋ ਸਕਦਾ ਹੈਗਾ ਹੈ ਦੁਬਿਆਮੋ ਦਾਰੇ ਲਾ ਪ੍ਰੈਜੀਡੈਂਸਾ। ਇਹਦੇ 'ਤੇ ਅਸੀਂ ਕੋਈ ਕੁਇਜ਼ ਇਕੱਠੇ ਕੀਤੇ ਹੈਗੇ ਆ, ਜਿੱਦਾਂ ਅਸੀਂ ਨੰਬਰ 2 'ਤੇ ਦੇਖਦੇ ਹਾਂ ਇਲ ਸੈਨਾਲੇ ਰਾ ਫਿਗੂਰਾ ਤੋਂ। ਸੋ ਜਿਹੜਾ ਸਾਈਨ ਅਸੀਂ ਦੇਖ ਰਹੇ ਹਾਂ ਓਬਲੀਗਾ ਕੰਪਲਸਰੀ ਮਜਬੂਰਨ ਤੁਹਾਨੂੰ ਕਹਿੰਦਾ ਦੀ ਦਾਰੇ ਲਾ ਪ੍ਰੈਜੀਡੈਂਸਾ ਕਿ ਤੁਸੀਂ ਪਹਿਲ ਇੱਥੇ ਦੇਣੀ ਹੈਗੀ ਵਹੀਕਲਸ ਨੂੰ। ਆਈ ਵੇ ਈਕੁਅਲੀ ਪ੍ਰੋਵੀਨੀਐਂਟੀ ਜਿਹੜੀਆਂ ਕਾਰਾਂ ਆ ਰਹੀਆਂ ਨੇ ਸੀ ਅਦ ਇਸ ਤਰ੍ਹਾਂ ਕਿਹਦਾ ਸੀ ਨਹੀਂ ਇਸ ਤਰ੍ਹਾਂ। ਤੀਸਰੇ ਕੁਇਜ਼ 'ਤੇ ਲਿਖਿਆ ਹੈ ਇਲ ਸਿਨਾਲੇ ਕੁੰਪੋਰਤਾ ਦੀ। ਸੋ ਇਹ ਸਾਈਨ ਲਾਗੂ ਕਰਦਾ ਹੈ ਦੀ ਦਾਰੇ ਲਾ ਪ੍ਰੈਜੀਡੈਂਸਾ ਕਿ ਤੁਸੀਂ ਪਹਿਲ ਦਵੋ ਆਈ ਵੇ ਈਕੁਅਲੀ ਉਹਨਾਂ ਵਹੀਕਲਸ ਨੂੰ ਕਿ ਚੀਰ ਕੋਲਾ ਨੂੰ ਜਿਹੜੇ ਸਫ਼ਰ ਕਰ ਰਹੇ ਹੈ ਸੂਲਾ ਸਤਰਾਦਾ ਜਿਹੜੇ ਰਸਤੇ 'ਤੇ ਅਸੀਂ ਇੰਕਰੋਚਾਰੇ ਕਰਦੇ। ਸੋ ਜਿਹੜਾ ਰਸਤਾ ਸਾਡੀ ਸਾਈਡ ਤੋਂ ਆ ਕੇ ਕ੍ਰੋਸਿੰਗ ਬਣਦਾ ਹੈ, ਸੋ ਸਾਡੀ ਸਾਈਡ ਤੋਂ ਕਿਤੇ ਵੀ ਕਾਰ ਜੁੜ ਰਸਤਾ ਜੁੜ ਜਾਂਦਾ ਹੈਗਾ, ਠੀਕ ਹੈ।
उस गल नू कह देंदे स्त्रादा के सिंक्रोचा, उत्थे भी सानू प्रेसिडेंस देना पैना। सो इन्हां चीज़ां ते कंफ्यूज थी होना। दारे ला प्रेसिडेंस दा मतलब है कि असी रुकना है और असी प्रायोरिटी देनी है, जिहड़ियां कारां आंदा इस तरह या सिनिस्ट्रा या पेदोनी या चिकलीस्टी आ रहे हैं, क्योंकि इहदा मतलब है दारे ला प्रेसिडेंस। या असी इस नूं बुला सकते हैं दुब्यामु दारे ला प्रेसिडेंस। अगली चीज़ की है अवेरे ला प्रेसिडेंस। सो जो साड़ी प्रायोरिटी है लंघन की, सो जो साड़ी पहल है फर्स्ट जान की, उदो क्या जाता है अवेरे ला प्रेसिडेंस। सो इतें साडा राइट है कि असी पहला लंघीए। सो ये कौन कौन किनू काउंट कर सकते हैं, असी वेहीकली पहला लंघ सकते हैं जेकर इनक्रोचो तो साड़ी पहल है, साइकल्स लंघ सकते जेकर अतरवे समय तो चिकला भी लेते हैं, पेदोनी लंघ सकते जेकर वो भी अतरवे समय तो पेदो ना लेते हैं। अवेरे ला प्रेसिडेंस का मतलब है कि असी मेन रोड पर जा रहे हैं। सो असी इतें जो कोई भी इनक्रोचो आता है वो तो सानू पहला इस तरह का साइन मिलेगा जिहदा नाम हैगा नीरीतो दी प्रेसिडेंस। सो ये जो आ साइन आता तुसी मतलब मेन रोड पर जा रहे हैं, ठीक है। तो अगली चीज़ जिहड़ी असी ध्यान से लैके आवेंगे कि जिहड़े दूसरे सैकेंडरी रोड साडी मेन रोड के नाल इनक्रोच आ रहे होंगे है, सो साइड से माइनर रोड जिहड़े जुड़ते हैं साडे मेन रोड के नाल, उन्होंने पहल देनी पैनी है। सो वो जिहड़े रोड इनक्रोच आ रहे साइड से साडी जुड़ते ने एंटर होंगे ने, उत्थे जिहड़ा साइन होएगा वह होएगा दारे प्रेसिडेंस का साइन। सो जो असी मेन रोड पर जाने हैं नाल ऑटोमैटिकली जिहड़े सैकेंडरी रोड्स है उन्होंने उपर कि सिन्याले मिल सकता है, सिन्याले दी दारे प्रेसिडेंस। ते और कि नाम के नाल इस चीज़ में असी बुला सकते हैं, जाने कि जो साड़ी प्रायोरिटी है इत्थे लिखा जा सकता अभ्यामो ला प्रेसिडेंसा। पहला लिखा सीगा दुब्यामो दारे ला प्रेसिडेंसा, सो असी राइट देना है लंघन का, क्योंकि वोदे लिखा दुब्यामो दारे ला प्रेसिडेंसा, ए अभ्यामो ला प्रेसिडेंसा। सो जिहड़ी चीज़ से असी गल करनी है, जिहड़ी चीज़ सानू थोड़ी मजबूत करनी पैनी हैगी है इन्हां दोनों गल्लां नू समझने वास्ते, वो दो वर्ब्स ने, वैर्ब भी ने, वैर्बो अवेरे ते वैर्बो दुवेरे। ओके, ते वैर्बो दुवेरे भी या दारे भी। ओके, सो तुसी इन्हां दोनों चीज़ां नू तुसी किसी भी गूगल ते जाके टाइप कर सकते हैं। वैर्बो अवेरे का प्रेजेंट फॉर्म मतलब कि ई ओ ओ तू आई एल ई आ नोई अभ्यामो एक्सेट्रा, ते तुहानू इस तरह ही सारे वर्ब्स दे जिहड़े प्रेजेंट फॉर्म है तुहानू पता लग जाएगी। आखिरी चीज़ जिहड़ी इस चीज़ इस टॉपिक ते है कि दिरीतो दी प्रेसिडेंस। सो दिरीतो दी प्रेसिडेंस का मतलब हैगा, सो दिरीतो एक यहोजा परोला जिहदा मतलब हो सकता हैगा सीधे जाना या मतलब हो सकता राइट। सो इस केस दे विच तुहाडी राइट है, तुहाडी प्रायोरिटी है सीधे जाण दी, या तुसी बिना रुके जा सकते हैगे। सो इस नूं कहंदे आ दिरीतो दी प्रेसिडेंस। सो दिरीतो का मतलब इस कॉन्टैक्स दे विच ये नहीं है कि तुसी सीधे जाना है, बल्कि तुहाडा राइट है, प्रायोरिटी है पहला लंघन दी। सो ये तो जोड़े क्वीज असी इकट्ठे किए हैं जिदा नंबर 2 इन प्रेजेंस अदल सिन्याले। सो जो सानू ये साइन मिलता हैगा बिजोनिया कमूंगे असिकुरार सी, तुहानू फिर भी मेक श्योर करना पैना है कि इवेकोली प्रोवेनियंती कि जिहड़ियां कारां आ रही ने दल इसतरा दे ला थिराली साइड वाले रूट्स तो दिया नू ला प्रेसिडेंस आ वो तुहानू देन प्रियोरिटी। सो दिया नू भी वैरबो दारे तो हैगी है, ये हैगा कुंजुंती वो, ते इत्थे असी मेन रोड ते चल रहे हैगे आ, फिर भी तुसी मेक श्योर करना कि जिहड़े सैकेंडरी रूट तो कारां आ रही ने वो तुहानू लंघन की राइट दे रहे हैं कि नहीं दे रहे हैगे। सो तुसी ध्यान दे नाल देखना हैगा कि वो जिहड़ी अगली कार है वो रुक रही है कि नहीं रुक रही हैगी। एम सिग्नाले दी प्रिस्क्रिप्सियों ने फिर लिखा है कि इल सिग्नाले सी पो ट्रोवारे, ये साइन सानू मिल सकता है अलिनीत्स दी उना स्ट्रादा उर्बाना उ एक्स्ट्रा उर्बाना, किसी एहो जे रोड दी स्टार्टिंग ते जिहड़ा लोकल हो सकता है
certo bar o sagra, quindi extraurbana, che gode del diritto di precedenza. Quindi gode del diritto di precedenza, matlab edavi, matlab jide kol hega hai, right, pella janda. Quindi gode del diritto di precedenza, jidi cheez sade kol hegi hai, so is case de vich right hai, pella jandi. So ye sige sadiyan do cheezan, do points, jis de upar sanu kafi students lagda hai ki mushkil che hunde hai. Avere la precedenza te dare la precedenza. Jehdi saadi advice eh hai ki tusi jehde inhan de verbs hai present form at least ohnu tusi ik vaar sikh lo, so that tuhanu pata hai ki itthe dare di gal kiti jandi hai ya avere di. Te sign de jehde naam hai oh yaad rakhne bade zaruri hege hai, jiddan ki is sign da naam hega strada con diritto di precedenza, so ya diritto di precedenza. ਤਾਂ ਕਿ ਜਦੋਂ ਵੀ ਤੁਸੀਂ ਕੁਇਜ਼ ਕਰੋ ਤੁਹਾਨੂੰ ਪੂਰੀ ਪੂਰੀ ਸ਼ੋਰਿਟੀ ਹੋਵੇ ਕਿ ਅਸੀਂ ਐਕਚੁਅਲੀ ਸਾਈਨ ਦੇ ਉੱਪਰ ਗੱਲ ਕਰ ਰਹੇ ਹਾਂ ਜਾਂ ਅਸੀਂ ਕਿਸੇ ਗੱਲ ਦੇ ਉੱਪਰ, ਸਾਨੂੰ ਕਿਸੇ ਕੁਇਜ਼ ਦੇ ਵਿੱਚ ਸਵਾਲ ਪੁੱਛਿਆ ਜਾ ਰਿਹਾ ਹੈਗਾ। ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਤੁਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਅਸੀਂ ਫਿਰ ਮਿਲਾਂਗੇ ਇੱਕ ਔਰ ਵੀਡੀਓ ਦੇ ਵਿੱਚ, ਉਦੋਂ ਤੱਕ ਤੁਸੀਂ ਆਪਣੀ ਪ੍ਰੈਕਟਿਸ ਨੂੰ ਕੰਟੀਨਿਊ ਕਰੇ ਰੱਖਣਾ। ਓਕੇ ਜੀ, ਸਤਿ ਸ਼੍ਰੀ ਅਕਾਲ।